ਇਟਸ ਯੂਅਰ ਬੋਲੀ ਹੋਲੀ ਬਾਬਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ ਬੋਲੀ ਹੋਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ ਹਾਂ। ਦੋਸਤੋ, ਆਪਣੇ ਪੰਜਾਬ ਵਿੱਚ ਜਿਵੇਂ ਜਾਣਦੇ ਆਪਾਂ ਬਹੁਤ ਸਾਰੇ ਇੰਜੀਨੀਅਰਸ ਆ ਅਤੇ ਉਹ ਅਬਰੋਡ ਜਾ ਕੇ ਸੈਟਲ ਹੋਣਾ ਚਾਹੁੰਦੇ ਆ, ਉੱਥੇ ਜਾ ਕੇ ਵਧੀਆ ਕੋਰਸ ਚੂਜ਼ ਕਰਨਾ ਚਾਹੁੰਦੇ ਆ, ਪਰ ਸਾਡੇ ਪੰਜਾਬ ਵਿੱਚ ਜੋ ਏਜੰਟ ਸਟੂਡੈਂਟਸ ਨੂੰ ਸੁਜੈਸਟ ਕਰਦੇ ਆ ਉਹੀ ਕੋਰਸ ਲੈ ਲੈਂਦੇ ਆ, ਅਤੇ ਜੋ ਉਹਨਾਂ ਦੇ ਸੁਪਨੇ ਹੁੰਦੇ ਜਦੋਂ ਉਹ ਵਿਦੇਸ਼ ਚਲੇ ਜਾਂਦੇ ਉਹ ਪੂਰੇ ਨਹੀਂ ਹੁੰਦੇ ਕਿਉਂਕਿ ਉਹਨਾਂ ਦੀ ਕੋਰਸ ਸਿਲੈਕਸ਼ਨ ਸਹੀ ਨਹੀਂ ਹੁੰਦੀ। ਸੋ ਆਪਾਂ ਅੱਜ ਪੂਰੇ ਵਿਸਤਾਰ ਵਿੱਚ ਇੰਜੀਨੀਅਰ ਜਤਿੰਦਰ ਪਾਲ ਸਿੰਘ ਨਾਲ ਗੱਲਬਾਤ ਕਰਾਂਗੇ, ਜੋ ਕਿ SWICS ਪ੍ਰਾਈਵੇਟ ਲਿਮਿਟਡ ਮੋਹਾਲੀ ਦੇ ਮੈਨੇਜਿੰਗ ਡਾਇਰੈਕਟਰ ਆ। ਉਹ ਆਪਾਂ ਨੂੰ ਇੱਕ ਬਹੁਤ ਹੀ ਵਧੀਆ ਕੋਰਸ ਦੱਸਣਗੇ ਜੋ ਕਿ ਇੰਜੀਨੀਅਰਸ ਲਈ ਬਹੁਤ ਹੀ ਵਧੀਆ। ਸੋ ਆਓ ਆਪਾਂ ਉਹਨਾਂ ਨੇ ਪੂਰੇ ਵਿਸਤਾਰ ਵਿੱਚ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਸਾਡੇ ਸਟੂਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਸਰ। ਮੈਂ ਮੇਨ ਤੌਰ 'ਤੇ ਇਹ ਪੁੱਛਣਾ ਚਾਹੂੰਗਾ ਕਿ ਬਹੁਤ ਸਾਰੇ ਆਪਣੇ ਜਿਵੇਂ ਤੁਸੀਂ ਜਾਣਦੇ ਪੰਜਾਬ ਦੇ ਵਿੱਚ ਇੰਜੀਨੀਅਰਸ ਹੋ ਚੁੱਕੇ ਆ, ਉਹ ਵਿਦੇਸ਼ ਜਾਣਾ ਚਾਹੁੰਦੇ ਆ, ਪਰ ਉਹ ਸੋਚਦੇ ਕਿ ਕੈਨੇਡਾ ਅਮਰੀਕਾ ਚਲੇ ਜਾਈਏ, ਅਤੇ ਏਜੰਟ ਨੂੰ ਕੁਝ ਖਾਸ ਕੁਝ ਕੋਰਸ ਆ ਬਸ ਉਹੀ ਸੁਜੈਸਟ ਕਰ ਦਿੰਦੇ, ਵਿਚਾਰੇ ਉੱਥੇ ਜਾ ਕੇ ਆਪਾਂ ਕਹੀਏ ਪੰਜਾਬੀ 'ਚ ਉਹਨਾਂ 'ਚ ਪੰਗਾ ਲੈ ਲੈਂਦੇ ਆ, ਅਤੇ ਫਿਰ ਬੰਦਾ ਤੁਹਾਨੂੰ ਪਤਾ ਕੁਛ ਵੀ ਨਹੀਂ ਹੈ ਨਾ। ਤੁਸੀਂ ਦੱਸੋ ਕਿ ਕਿਹੜਾ ਸਹੀ ਹੈ ਜੀ ਉਹਨਾਂ? ਇਹ ਤਾਂ ਖੁਦ ਇੰਜੀਨੀਅਰਸ ਨੂੰ ਸੋਚਣਾ ਚਾਹੀਦਾ ਕਿ ਵੀ ਅਸੀਂ ਜਦੋਂ ਕੋਰਸ ਸਿਲੈਕਸ਼ਨ ਕਰ ਰਹੇ ਹਾਂ, ਜੇ ਇੱਕ ਇੰਜੀਨੀਅਰ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਜਾਂ ਕੈਨੇਡਾ ਦੇ ਵਿੱਚ ਜਾਂਦੇ, ਜਿਹੜੇ ਆਸਟ੍ਰੇਲੀਆ 'ਚ ਜਾਂਦੇ ਆ, ਤਾਂ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਦੇ ਵਿੱਚ ਚੂਜ਼ ਕਰ, ਉਹੀ ਬਸ ਕੁਝ ਗਿਣਤੀ ਦੇ ਕੋਰਸ ਆ ਜੀ। ਬੀਐਸ ਜਿਹਨੇ ਬੀਟੈਕ ਕੰਪਿਊਟਰ ਸਾਇੰਸ ਦੀ ਕੀਤੀ ਉਹਨੇ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਚੂਜ਼ ਕਰ ਲਿਆ, ਉਹਦਾ ਕੋਈ ਰੈਲੇਵੈਂਸੀ ਨਹੀਂ ਬਣਦੀਗੀ। ਬਿਲਕੁਲ ਜੀ। ਸੋ ਅੱਜ ਦੀ ਜਿਹੜੀ ਤੁਸੀਂ ਇਹ ਦੇਖੋ ਵੀ ਇੰਡਸਟਰੀ ਕਿਹੜੀ ਚੱਲ ਰਹੀ ਆ, ਬਿਲਕੁਲ, ਪਰ ਇੰਡਸਟਰੀ ਦੇ ਵਿੱਚ ਜਿਹੜੀ ਸਭ ਤੋਂ ਵੈਲ ਪੇਇੰਗ ਇੰਡਸਟਰੀ ਹੈ, ਜੇ ਮੈਂ ਅੱਜ ਕਰਾਂ ਤਾਂ ਯੂਰਪ ਦੀ ਸਭ ਤੋਂ ਬੈਸਟ ਹੈਗੀ ਸ਼ਿਪਿੰਗ। ਠੀਕ ਹੈ ਜੀ। ਸ਼ਿਪਿੰਗ ਦੇ ਵਿੱਚ ਅਸੀਂ ਜਿਹੜਾ ਕੋਰਸ ਕਰਾ ਰਹੇ ਹਾਂ MBA ਇਨ ਮੈਰੀਟਾਈਮ ਐਂਡ ਸ਼ਿਪਿੰਗ ਮੈਨੇਜਮੈਂਟ। ਠੀਕ ਹੈ ਜੀ। ਮੈਂ ਇਹ ਸੋਚਦਾ ਵੀ ਇਹ ਇੰਜੀਨੀਅਰ ਲਈ ਬਹੁਤ ਜ਼ਿਆਦਾ ਹਾਈਲੀ ਡਿਮਾਂਡੇਬਲ ਕੋਰਸ ਹੈ। ਅਤੇ ਇਹ ਸਰ ਜਰਮਨ ਦੇ ਵਿੱਚ ਹੈ ਜੀ ਕੋਰਸ? ਜਰਮਨ ਦੇ ਵਿੱਚ ਹੈਗਾ ਜੀ, ਸਭ ਤੋਂ ਬੈਸਟ ਕੋਰਸ ਹੈ, 18 ਮਹੀਨੇ ਦਾ ਕੋਰਸ ਹੈ, MBA ਇਨ ਮੈਰੀਟਾਈਮ ਐਂਡ ਸ਼ਿਪਿੰਗ ਮੈਨੇਜਮੈਂਟ। ਇਹਦੇ ਵਿੱਚ ਤੁਸੀਂ BTECH, ਠੀਕ ਹੈ, ਚਾਹੇ ਮਕੈਨੀਕਲ ਹੋ, ਚਾਹੇ ਸਿਵਲ ਇੰਜੀਨੀਅਰਿੰਗ ਹੋ, ਚਾਹੇ ਕੰਪਿਊਟਰ ਸਾਇੰਸ ਹੋ, ਚਾਹੇ ਕਿਸੇ ਵੀ ਇੰਜੀਨੀਅਰਿੰਗ ਫੀਲਡ ਦੇ ਵਿੱਚ ਤੁਸੀਂ ਕੰਮ ਕੀਤਾ, BCMC ਜਾਂ BCA ਕੀਤੀ ਹੈ ਜਾਂ MCA ਕੀਤੀ ਜਾਂ ਤੁਸੀਂ BSc ਨਾਨ ਮੈਡੀਕਲ ਸਪੈਸ਼ਲ ਫਿਜਿਕਸ ਪੜ੍ਹੀ ਹੋਈ ਆ, ਠੀਕ ਹੈ ਜੀ, ਤਾਂ ਉਹ ਵੀ ਜਾ ਸਕਦੇ ਆ। ਅੱਛਾ, ਹੁਣ ਇਹਦੇ 'ਚ ਬੈਨੀਫਿਟ ਕੀ ਹੈ ਕਿ ਇਹਦੇ 'ਚ ਸਭ ਤੋਂ ਵੱਡੀ ਗੱਲ ਹੈ ਸੈਲਰੀ ਸਟਰਕਚਰ। ਅੱਛਾ ਜੀ। ਜਿਹੜੀ ਸ਼ਿਪਿੰਗ ਮੈਨੇਜਮੈਂਟ ਹੈ ਇਹਦੀ 1,00,000 ਯੂਰੋ ਤੋਂ ਸ਼ੁਰੂ ਹੋ ਕੇ 1.5-2 ਲੱਖ ਯੂਰੋ ਤੱਕ ਸੈਲਰੀ ਪੈਕੇਜ, ਸਲਾਨਾ ਪੈਕੇਜ ਮਿਲਦੀ ਹੈ। ਬਹੁਤ ਵਧੀਆ ਸੈਲਰੀ, ਸੈਲਰੀ ਹਾਈ ਸੈਲਰੀ ਹੈ। ਔਰ ਤੁਸੀਂ ਸ਼ਿਪਿੰਗ ਮੈਨੇਜਮੈਂਟ ਦੇ ਵਿੱਚ ਜਾਣਾ, ਜੇ ਆਪਾਂ ਗੱਲ ਕਰੀਏ ਹੁਣ ਜਿਹੜੇ ਅੱਜ ਤੇ ਮਰਚੈਂਟ ਨੇਵੀ 'ਚ ਵੀ ਜਾਂਦੇ ਆ ਜਾਂ ਇੱਥੇ ਇੰਡੀਆ 'ਚ ਵੀ ਕੋਰਸਿਸ ਕਰਾਉਂਦੇ ਆ ਜਾਂ ਕਈ ਕਰਾਉਂਦੇ, ਤਾਂ ਉਹ ਕੀ ਹੁੰਦਾ, ਕੋਰਸਿਸ 6 ਮਹੀਨੇ ਦਾ ਕੋਰਸ ਹੁੰਦਾ ਜਿਹੜਾ ਕਿ ਸੇਲਰ ਲੈਵਲ 'ਤੇ ਹੁੰਦਾ, ਲੋ ਲੈਵਲ ਦੀ ਜੋਬ 'ਤੇ। ਬਟ ਹੁਣ ਜੇ BTECH ਲੋ ਲੈਵਲ ਦੀ ਜੋਬ ਕਰੇਗਾ, ਕਰ ਨਹੀਂ ਸਕਦਾ ਬੰਦਾ, ਉਹ ਨਹੀਂ, ਸਾਈਕੋਲੋਜੀਕਲੀ ਡਾਊਨ ਹੋ ਜਾਏਗਾ, ਆਪਾਂ ਰੂਹ ਹੀ ਨਹੀਂ ਮੰਨਦੇ ਬੰਦੇ ਦੀ। ਜਦੋਂ ਅਸੀਂ ਸੋਚਦੇ ਹਾਂ ਵੀ ਉਸ ਬੱਚੇ ਨੂੰ ਕਿਹੜਾ ਕੋਰਸ ਕਰਾਇਆ ਜਾਂਦਾ, ਸਭ ਤੋਂ ਬੈਸਟ MBA ਇਨ ਸ਼ਿਪਿੰਗ ਮੈਨੇਜਮੈਂਟ। ਠੀਕ ਹੈ ਸਰ, ਆਪਾਂ ਜਿਹਦੀ ਐਲੀਜੀਬਿਲਟੀ ਦੀ ਗੱਲ ਕਰ ਲਈਏ ਜੀ, ਜਿਵੇਂ ਕਿ ਤੁਸੀਂ ਕਹ ਰਹੇ ਬੰਦੇ ਦੀ ਬੈਚਲਰ ਡਿਗਰੀ ਹੋਵੇ, ਇੰਜੀਨੀਅਰਿੰਗ ਕੀਤੀ ਹੋਵੇ, ਹੈ ਨਾ ਜੀ, ਤੇ ਇਸ ਤੋਂ ਬਿਨਾਂ ਹੋਰ ਉਹਦੀ ਕੀ ਰਿਕੁਆਇਰਮੈਂਟ ਹੈ ਜੀ? ਇਹਦੇ 'ਚ ਏਜ ਦਾ ਕੋਈ ਕ੍ਰਾਈਟੇਰੀਆ ਨਹੀਂ ਆ। ਠੀਕ ਹੈ। ਜੇ ਤੁਹਾਡੀ ਏਜ 21 ਸਾਲ ਤੋਂ ਲੈ ਕੇ, ਚਾਹੇ ਤੁਸੀਂ 40 ਸਾਲ ਦਾ ਬੰਦਾ ਵੀ ਜੇ ਚਾਹੁੰਦਾ ਇੰਜੀਨੀਅਰਿੰਗ ਕੀਤੀ ਹੋਈ ਆ, ਠੀਕ ਹੈ, ਹੁਣ ਮੈਂ ਖੁਦ BTECH ਕੀਤੀ ਹੈ, ਮੇਰੀ ਉਮਰ 49 ਸਾਲ ਦੀ ਹੈਗੀ ਹੈ, ਤਾਂ ਮੈਂ ਵੀ ਜੁਆਇਨ ਕਰ ਸਕਦਾ ਇਨਫੈਕਟ। ਅੱਛਾ, ਹਾਂ, ਕੀ ਬਾਤ ਹੈ, BTECH ਕੀਤੀ ਤੇ ਇਹਦੇ 'ਚ ਕੋਈ ਪ੍ਰੋਬਲਮ ਨਹੀਂ ਹੈ ਸ਼ਿਪਿੰਗ ਦੇ ਏਜ ਦੀ। ਠੀਕ ਹੈ ਜੀ। ਆਈਲਟਸ ਰਿਕੁਆਇਰਮੈਂਟ ਦੀ ਆਪਾਂ, ਆਈਲਟਸ 6 ਬੈਂਡ ਦੀ ਜ਼ਰੂਰਤ ਹੈਗੀ ਆ, 6 ਓਵਰਆਲ 6, ਹਾਂ 6 ਬੈਂਡ ਆ। ਠੀਕ ਹੈ। ਇਹਦੇ ਜਰਮਨੀ 'ਚ ਤੁਸੀਂ ਕਰ ਰਹੇ ਹੋ ਤਾਂ ਜਰਮਨੀ ਦੇ ਵਿੱਚ ਇਹਦੇ ਵੀ 18 ਮਹੀਨੇ ਦਾ ਹੀ ਇਹ ਵੀ ਕੋਰਸ ਹੈਗਾ। ਅੱਛਾ, 3 ਸਮੈਸਟਰ ਹੈਗੇ ਆ। ਠੀਕ ਹੈ ਜੀ। ਤੇ 18 ਮਹੀਨੇ ਦੇ ਕੋਰਸ ਦੇ ਵਿੱਚ ਇਹ ਤੁਹਾਨੂੰ 18 ਮਹੀਨੇ ਨਾਲ ਜਰਮਨ ਲੈਂਗੁਏਜ ਫ੍ਰੀ ਆਫ ਕੋਸਟ, ਫ੍ਰੀ ਆਫ ਕੋਸਟ, ਕਿਉਂਕਿ ਜਰਮਨ ਦੇ ਵਿੱਚ ਜਰਮਨ ਥੋੜ੍ਹੀ ਜੀ ਜ਼ਰੂਰੀ ਹੈ, ਜੇ ਬੰਦੇ ਨੂੰ ਆਉਂਦੀ ਹੋਵੇ ਤਾਂ ਜ਼ਿਆਦਾ ਬੈਨੀਫਿਟ ਹੋ ਜਾਂਦਾ। ਠੀਕ ਹੈ ਜੀ। ਦੂਸਰੀ ਰਹਿ ਗਈ ਹੈ ਇਹਦੇ 'ਚ ਜਿਹੜੀ ਹੈ, ਤੁਸੀਂ ਫੰਡ ਦਿਖਾਉਣੇ ਆ, ਫੰਡ ਜਿਹੜੇ ਇਹ ਜਰਮਨ ਦਾ ਜੋ ਸਟੱਡੀ ਵੀਜ਼ਾ ਦਾ ਸਭ ਨੂੰ ਪਤਾ ਹੀ ਹੈ, ਇਹ 8,640 ਯੂਰੋ ਫੰਡ ਦਿਖਾਉਣੇ ਹੁੰਦੇ 1 ਸਾਲ ਦੀ ਸਟੱਡੀ ਦੇ, ਜਿਹਦੇ ਵਿੱਚ ਕਿ 720 ਯੂਰੋ ਪਰ ਮੰਥ ਤੁਸੀਂ ਵਿਡਰਾ ਕਰਾ ਸਕਦੇ ਹੋ, ਕੈਂਡੀਡੇਟ ਨੂੰ ਉੱਥੇ ਵਿਡਰਾ ਕਰਾਉਣੇ ਆ, ਕੋਈ ਜ਼ਿਆਦਾ ਹੈਵੀ ਇਹ ਨਹੀਂ, ਕੋਈ ਜ਼ਿਆਦਾ ਫੀਸ ਵੀ ਆਪਾਂ ਜੇ ਕਹਿ ਦਈਏ ਕੋਈ ਜ਼ਿਆਦਾ ਨਹੀਂ। ਔਰ ਜਿਹੜੀ ਇਹਦੀ ਜੇ ਫੀਸ ਦੀ ਗੱਲ ਕਰਾਂ ਮੈਂ, ਦੇਖੋ ਹਾਈਲੀ ਡਿਮਾਂਡੇਬਲ ਕੋਰਸ, ਹਾਈਲੀ ਰੈਕੋਗਨਾਈਜ਼ ਕੋਰਸ, MBA ਦੀ ਹਾਈਲੀ ਸ਼ਿਪਿੰਗ ਮੈਰੀਟਾਈਮ ਐਂਡ ਸ਼ਿਪਿੰਗ ਮੈਨੇਜਮੈਂਟ ਦੀ, ਜੇ ਫੀਸ ਦੀ ਗੱਲ ਕਰਾਂ ਜਰਮਨੀ ਦੇ ਵਿੱਚ 12,500 ਯੂਰੋ ਫੀਸ ਹੈ ਦੀ, ਜਿਹਦੇ 'ਚ ਕਾਲਜ 2,500 ਯੂਰੋ ਦਾ ਸਕਾਲਰਸ਼ਿਪ ਦੇ ਕੇ ਸਿਰਫ 10,000 ਯੂਰੋ ਚਾਰਜ ਕਰ ਰਿਹਾ, ਉਹ ਵੀ 3 ਸਮੈਸਟਰ ਪੂਰੇ ਕੰਪਲੀਟ ਕੋਰਸ ਦੀ। ਠੀਕ ਹੈ ਜੀ। ਸਰ ਜਿਵੇਂ ਤੁਸੀਂ ਕੀਤੇ ਗੱਲ ਕੀਤੀ 18 ਮਹੀਨੇ ਦਾ ਕੋਰਸ ਹੈ, ਇਸ ਤੋਂ ਬਾਅਦ ਆਪਾਂ ਨੂੰ ਜਿਹੜਾ ਵਰਕ ਪਰਮਿਟ ਵੀ ਮਿਲ ਜਾਂਦਾ ਜੀ? ਹਾਂ, 18 ਮਹੀਨੇ ਦਾ ਪੋਸਟ ਸਟੱਡੀ ਵਰਕ ਪਰਮਿਟ ਤਾਂ ਮਿਲਣਾ ਹੀ ਮਿਲਣਾ। ਠੀਕ ਹੈ। ਜਿਸ ਬੰਦੇ ਨੇ ਜਰਮਨੀ 'ਚ ਉਹ
ਬੈਚਲਰ ਡਿਗਰੀ ਜਾਂ ਮਾਸਟਰ ਡਿਗਰੀ ਕੀਤੀ ਹੈ ਕਿਸੇ ਵੀ ਸਟ੍ਰੀਮ ਦੀ ਹੋਵੇ ਤਾਂ ਉਹਨੂੰ 18 ਮਹੀਨੇ ਦਾ ਪੋਸਟ ਸਟੱਡੀ ਵਰਕ ਪਰਮਿਟ ਐਸ ਪਰ ਰੂਲ ਮਿਲਣਾ ਹੀ ਮਿਲਣਾ ਠੀਕ ਹੈ ਉਹ ਸਭ ਨੂੰ ਮਿਲਦਾ ਉਹ ਇਹ 'ਚ ਵੀ ਮਿਲ ਰਿਹਾ ਤੇ ਸਰ ਜੋਬ ਪੋਸੀਬਿਲਿਟੀ ਕਿਉਂਕਿ ਹਰੇਕ ਬੰਦੇ ਦਾ ਹੁੰਦਾ ਵੀ ਆਪਾਂ ਪੋਸਟ ਵੀ ਕਰ ਰਹੇ ਆ ਇਸ ਦੇ ਵਿੱਚ ਤਾਂ ਕਾਲਜ ਹੀ ਜੋਬ ਫੇਅਰਸ ਬਹੁਤ ਆਰਗੇਨਾਈਜ਼ ਕਰ ਰਿਹਾ ਅੱਛਾ ਜੀ ਬੰਦਾ ਇਹਦੇ ਤੇ ਜੇ ਤੁਸੀਂ ਇੰਜੀਨੀਅਰਿੰਗ ਕੋਰਸ ਕਰਦੇ ਕਰਦੇ ਹੀ ਤੁਹਾਡੇ ਥਰਡ ਸਮੈਸਟਰ ਤੱਕ ਤੁਹਾਡੀ ਜੋਬ ਦੇ ਲੱਗਣ ਦੇ ਚਾਂਸਿਸ ਹੈਗੇ ਆ ਥੋੜ੍ਹੀ ਬੰਦੇ ਦੀ ਇੰਗਲਿਸ਼ ਅੱਛੀ ਹੈਗੀ ਹੈ ਥੋੜ੍ਹੀ ਬੈਕਗਰਾਊਂਡ ਅੱਛੀ ਆ ਇੰਜੀਨੀਅਰਿੰਗ ਦੀ ਹੈਗੀ ਹੈ ਪਲੱਸ ਤੁਹਾਡਾ ਬੈਸਟ ਜਰਮਨ ਵੀ ਉੱਥੇ ਕਿਉਂਕਿ ਤੁਹਾਨੂੰ ਕੋਰਸ ਦੇ ਵਿੱਚ ਮਿਲ ਰਹੀ ਉਹਦੇ ਨਾਲ ਕੰਮ ਸੈੱਟ ਹੋ ਜਾਏ ਇਹਦੇ ਤੇ ਜੋਬ ਦੇ ਚਾਂਸਿਸ ਹਾਈ ਹੈ ਹੀ ਹੈ ਕਿਉਂਕਿ ਤੁਸੀਂ ਉਹ ਨਹੀਂ ਨਾ ਇੱਕ ਦੇਖੋ ਆਮ ਜੇ ਤੁਸੀਂ ਜਾਂਦਾ ਬੱਚਾ ਜੇ ਇੰਜੀਨੀਅਰ ਜਾਂਦਾ ਹੁਣ ਕੈਨੇਡਾ ਜਾ ਰਿਹਾ ਉਹ ਕੀ ਕਰ ਰਿਹਾ ਕਿ ਪੋਸਟ ਗ੍ਰੈਜੂਏਟ ਡਿਪਲੋਮਾ ਇੰਟਰਨਸ਼ਿਪ ਲੈ ਲਿਆ ਉਹਨੇ ਬਿਜ਼ਨਸ ਮੈਨੇਜਮੈਂਟ ਠੀਕ ਹੈ ਇੱਕ ਸਾਲ ਦਾ ਉਹ ਜਸਟ ਇੰਟਰੀ ਗੇਨ ਆ ਅੱਛਾ ਇਹ ਇੰਟਰੀ ਵਾਲਾ ਨਹੀਂ ਹੈ ਕੋਰਸ ਇਹ ਕੈਰੀਅਰ ਕੋਰਸ ਆ ਕੈਰੀਅਰ ਕੋਰਸ ਦਾ ਮਤਲਬ ਹੁੰਦਾ ਨਹੀਂ ਜਿਹੜਾ ਤੁਹਾਨੂੰ ਇੱਕ ਸਪੈਸ਼ਲਾਈਜ਼ਡ ਫੀਲਡ ਦੇ ਲੈ ਕੇ ਜਾ ਰਿਹਾ ਬਾਕੀ ਜਰਮਨੀ ਦੀ ਜਿਵੇਂ ਆਪਾਂ ਜਾਣਦੇ ਵੀ ਸਟੱਡੀ ਕੁਆਲੀਫਿਕੇਸ਼ਨ ਜਾਂ ਕੁਛ ਵੀ ਐਜੂਕੇਸ਼ਨ ਬਹੁਤ ਜ਼ਿਆਦਾ ਪ੍ਰਾਇਓਰਟੀ ਦਿੰਦੇ ਆ ਆਫਕੋਰਸ ਉੱਥੇ ਹੈ ਹੀ ਹੈ ਤੁਹਾਡੀ ਐਜੂਕੇਸ਼ਨ ਜੇ ਐਜੂਕੇਸ਼ਨ ਤਾਂ ਕਿਤੇ ਵੀ ਤੁਸੀਂ ਦੇਖਦੇ ਹੋ ਐਜੂਕੇਸ਼ਨ ਇੱਕ ਬੈਸਟ ਇਨਵੈਸਟਮੈਂਟ ਹੈਗੀ ਆ ਜੇ ਐਜੂਕੇਸ਼ਨ 'ਚ ਲਗਾਇਆ ਬਟ ਐਜੂਕੇਸ਼ਨ ਵੀ ਤੁਹਾਨੂੰ ਉਹ ਜੀ ਲੈਣੀ ਚਾਹੀਦੀ ਹੁਣ ਮੇਰੇ ਕੋਲ ਇੱਕ ਲੜਕੀ ਆਈ ਇੱਕ ਦਿਨ ਕਹਿੰਦੀ ਕਹਿੰਦੀ ਮੈਂ ਨਹੀਂ ਇੰਜੀਨੀਅਰਿੰਗ ਕੀਤੀ ਹੈ ਨਾਲ ਮੈਂ ਬੀਐਡ ਵੀ ਕੀਤੀ ਹੈ ਲਓ ਜੀ ਕੋਈ ਕੰਬੀਨੇਸ਼ਨ ਸਰ ਕੋਈ ਇੱਕ ਹੀ ਆਪਣੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਉਹ ਤੁਸੀਂ ਐਜੂਕੇਸ਼ਨ ਐਵੇਂ ਇਕੱਠੀ ਕਰ ਰਹੇ ਹੋ ਹਾਂਜੀ ਉਹ ਨਹੀਂ ਹੈ ਐਜੂਕੇਸ਼ਨ ਉਹ ਹੁੰਦੀ ਹੈ ਨਹੀਂ ਜਿਹਦੇ ਲਈ ਮੈਂ ਜਿਹਦੇ ਲਈ ਅੱਗੇ ਕੈਰੀਅਰ ਡਿਵੈਲਪ ਕਰਨਾ ਕੈਰੀਅਰ ਬਣਾਉਣਾ ਹੁਣ ਮੈਂ ਇਮੀਗ੍ਰੇਸ਼ਨ ਲਾਈਨ 'ਚ ਹਾਂ ਮੈਂ ਇੰਜੀਨੀਅਰਿੰਗ ਤੋਂ ਬਾਅਦ ਮੈਂ ਕੈਨੇਡਾ ਜਦੋਂ ਗਿਆ ਸੀ ਉੱਥੇ ਮੈਂ ਇਮੀਗ੍ਰੇਸ਼ਨ ਲਾਅ ਕੀਤੀ ਆ ਅੱਛਾ ਜੀ ਮੈਂ ਇਮੀਗ੍ਰੇਸ਼ਨ ਲਾਅ ਕਰਨ ਦਾ ਮਕਸਦ ਮੇਰਾ ਇਹ ਨਹੀਂ ਸੀ ਮੈਂ ਕਿ ਐਜੂਕੇਸ਼ਨ ਨੂੰ ਇਕੱਠੀ ਕਰਨਾ ਕਿਉਂਕਿ ਮੈਂ ਐਜ਼ ਏ ਬੀਇੰਗ ਏ ਇਮੀਗ੍ਰੇਸ਼ਨ ਕੰਸਲਟੈਂਟ ਮੈਂ ਇੱਕ ਬੈਸਟ ਐਸਟੈਬਲਿਸ਼ ਕੰਸਲਟੈਂਟ ਬਣਨਾ ਚਾਹੁੰਦਾ ਸੀ ਠੀਕ ਹੈ ਮੈਂ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਦਾ ਕੋਰਸ ਕੀਤਾ ਉੱਥੋਂ ਲਾਅ ਦਾ ਕੋਰਸ ਕੀਤਾ ਆਸਟ੍ਰੇਲੀਆ ਤੋਂ ਵੀ ਮੈਂ ਸਰਟੀਫਾਈਡ ਐਜੂਕੇਸ਼ਨ ਏਜੰਟ ਕਾਉਂਸਲਰ ਦਾ ਕੋਰਸ ਕੀਤਾ ਨਿਊਜ਼ੀਲੈਂਡ ਤੋਂ ਵੀ ਕੀਤਾ ਅੱਛਾ ਇਸ ਕਰਨ ਦਾ ਮਕਸਦ ਹੈ ਕਿ ਮੈਂ ਉਹ ਐਜੂਕੇਸ਼ਨ ਸਿਸਟਮ ਨੂੰ ਸਮਝਣਾ ਤੁਹਾਨੂੰ ਕਾਫੀ ਸਮਝ 15-16 ਸਾਲ ਹੋ ਗਏ ਇੰਡਸਟਰੀ 17 ਸਾਲ ਹੋ ਗਏ ਮੈਨੂੰ 17 ਸਾਲ ਹੋ ਗਏ ਤਾਂ ਮੈਂ ਹਮੇਸ਼ਾ ਹਰ ਬੱਚੇ ਨੂੰ ਉਹ ਕੋਰਸ ਆਫਰ ਕਰਦਾ ਜਿਹੜਾ ਉਹਦੇ ਕੈਰੀਅਰ ਨੂੰ ਗਰੋ ਕਰੇ ਬਿਲਕੁਲ ਮੇਰਾ ਕਦੇ ਵੀ ਮਕਸਦ ਨਹੀਂ ਹੋਇਆ ਕਿ ਮੈਂ ਉਹ ਬੱਚੇ ਨੂੰ ਉਹ ਕੈਰੀਅਰ ਕੋਰਸ ਦੇਵਾਂ ਜਿਹੜਾ ਸਿਰਫ ਉਹਦੀ ਇੰਟਰੀ ਲਈ ਆ ਪਰ ਅੱਜ ਕੱਲ੍ਹ ਬਹੁਤਾ ਲੋਕ ਪ੍ਰੋਫਿਟ ਦੇਖ ਕੇ ਕੋਰਸ ਦਿੰਦੇ ਵੀ ਆਪਣੇ ਕੋਲ ਆਹ ਦੇ ਦਿਓ ਇਹਨੂੰ ਕੋਈ ਚੱਕਰ ਨਹੀਂ ਉਹਨੂੰ ਜੈਨੂਇਨ ਪ੍ਰੈਕਟਿਸ ਨੇ ਤੁਸੀਂ ਕਹਿ ਸਕਦੇ ਇੱਕ ਮੇਰੇ ਸਾਹਮਣੇ ਨੌਜਵਾਨ 22-23 ਸਾਲ ਦਾ ਨੌਜਵਾਨ ਬੈਠਾ ਹੋਵੇ ਤੇ ਮੈਂ ਉਹਨੂੰ ਇਹ ਕਹਾਂ ਲਈ ਮੈਨੂੰ ਕਿੰਨਾ ਪ੍ਰੋਫਿਟ ਹੋਵੇ ਸਿਰਫ ਉਹਨੂੰ ਉਹੀ ਕੋਰਸਿਸ ਆਫਰ ਕਰਨ ਨਹੀਂ ਉਹ ਨਹੀਂ ਗੱਲ ਹੈਗੀ ਸਹੀ ਗੱਲ ਹੈ ਜੀ ਮੈਂ ਵੀ ਕਿਉਂਕਿ ਆਪਾਂ ਇੱਕ ਛੋਟੇ ਜਿਹੇ ਪ੍ਰੋਫਿਟ ਲਈ ਬੱਚੇ ਦੀ ਜ਼ਿੰਦਗੀ ਨੂੰ ਉਹਨਾਂ ਖਿਲਵਾੜ ਕਰੀਏ ਮੈਂ ਫਾਦਰ ਹਾਂ ਜੀ ਮੇਰਾ ਵੀ ਜਵਾਨ ਬੇਟੇ ਦਾ ਮੈਂ ਫਾਦਰ ਮੁੰਡਾ ਹੈ ਤੇ ਮੈਂ ਹਮੇਸ਼ਾ ਇਹ ਦੇਖਦਾ ਨਹੀਂ ਬੱਚੇ ਨੂੰ ਕੋਰਸ ਉਹ ਦਿਓ ਜਿਹੜਾ ਉਹਦੇ ਕੈਰੀਅਰ ਇਨਹਾਂਸਮੈਂਟ ਆਵੇ ਤੇ ਸਰ ਗੈਪ ਦਾ ਜਿਵੇਂ ਤੁਸੀਂ ਕਲੀਅਰ ਕਰ ਹੀ ਦਿੱਤਾ ਕਿ ਗੈਪ ਦਾ ਕੋਈ ਚੱਕਰ ਨਹੀਂ ਜੇ ਹੋ ਗਿਆ ਕੋਈ ਨਹੀਂ ਹੈ ਗੈਪ ਦੀ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਜੀ ਹਾਂ ਔਰ ਸਭ ਤੋਂ ਵੱਡੀ ਗੱਲ ਪੰਜਾਬ ਦੇ ਵਿੱਚ ਆਪਣੇ ਜੇ ਪੰਜਾਬ ਦੀ ਗੱਲ ਕਰੀਏ ਚੰਡੀਗੜ੍ਹ ਦੀ ਹਰਿਆਣਾ ਦੀ ਗੱਲ ਕਰੀਏ ਤਾਂ ਇੰਜੀਨੀਅਰਿੰਗ ਕਾਲਜ ਬਹੁਤ ਜ਼ਿਆਦਾ ਹੋ ਰਹੇ ਆ ਔਰ ਇੰਜੀਨੀਅਰ ਨੂੰ ਉਹਨੀ ਜੋਬ ਨਹੀਂ ਮਿਲ ਰਹੀ ਆ ਤਾਂ ਉਹ ਸੋਚ ਰਹੇ ਨੇ ਕਿੱਧਰ ਜਾਣਾ ਕੀ ਗੱਲ ਜਲਦੀ ਵੀ ਤੇ ਸਰ ਉਹੀ ਜੋਬ 10,000 12-15-18 ਕਿੰਨਾ ਵੀ ਮਿਲ ਜਾਂਦੇ ਇੰਜੀਨੀਅਰਿੰਗ ਕਰਕੇ ਕਾਲ ਸੈਂਟਰ ਤੇ ਕੰਮ ਕਰ ਰਹੇ ਆ ਕਾਲਿੰਗ ਕਰਨਾ ਤਾਂ ਕੋਈ ਅੱਛੀ ਗੱਲ ਨਹੀਂ ਨਾ ਉਹਨਾਂ ਦੀ ਹੈਗੀ ਤੇ ਉਹਨਾਂ ਲਈ ਇਹੋ ਜਿਹਾ ਕੋਰਸ ਕਰਨਾ ਔਰ ਕੋਰਸ ਕੀ ਹੈ ਕੋਰਸ ਵੀ ਬੜਾ ਕੋਸਟ ਬਾਕੀ ਸਰ ਇੱਕ ਗੱਲ ਹੋਰ ਵੀ ਅੱਜ ਕੱਲ੍ਹ ਪੰਜਾਬ ਦੇ ਵਿੱਚ ਇੰਜੀਨੀਅਰਿੰਗ ਕਰਨੀ ਤਾਂ ਆਪਾਂ ਨੂੰ ਪਤਾ ਬਹੁਤ ਟਫ ਆ ਬਹੁਤ ਔਖਾ ਕੋਰਸ ਆ ਪਰ ਲੋਕਾਂ ਨੇ ਜਦੋਂ ਇੰਜੀਨੀਅਰਸ ਦਾ ਬਹੁਤ ਧੱਕਾ ਹੋ ਰਿਹਾ ਉਹਨਾਂ ਦੇ ਚੁਟਕਲੇ ਬਣਾ ਰੱਖੇ ਆ ਵੀ ਕੀ ਯਾਰ ਇਹਨਾਂ ਇੰਜੀਨੀਅਰ ਤਾਂ ਛੋਟੇ ਛੋਟੇ ਚੁਟਕਲੇ ਬਣਾ ਰਹੇ ਨਹੀਂ ਇੰਜੀਨੀਅਰਿੰਗ ਇੱਕ ਬੜੀ ਟਫ ਹੈ ਬਹੁਤ ਮਿਹਨਤ ਦੇ ਨਾਲ ਕਰਨੀ ਪੈਂਦੀ ਹੈ ਕਰਨਾ ਪੈਂਦਾ ਹੈ ਔਰ ਜੇ ਇੰਜੀਨੀਅਰਸ ਜੇ ਦੇਖਿਆ ਜਾਵੇ ਤਾਂ ਇੱਕ ਸਭ ਤੋਂ ਟਫ ਸਟੱਡੀ ਮੰਨੀ ਜਾਂਦੀ ਹੈ ਇੱਕ ਗੱਲ ਹੋਰ ਮੈਂ ਇਹ ਸਾਰੇ ਆਪਣੇ ਵਿਊਜ਼ ਨੂੰ ਇਹ ਦੱਸਣਾ ਚਾਹੁੰਦਾ ਮੈਂ ਖੁਦ ਇੱਕ ਕੁਆਲੀਫਾਈਡ ਇੰਜੀਨੀਅਰ ਹੈਗਾ ਔਰ ਮੈਂ ਅੰਡਰਸਟੈਂਡ ਕਰਦਾ ਕਿ ਇੰਜੀਨੀਅਰ ਲਈ ਬੈਸਟ ਕੋਰਸ ਕਿਹੜਾ ਹੋਣਾ ਚਾਹੀਦਾ ਔਰ ਮੈਂ ਇਹਨੂੰ ਸਪੈਸ਼ਲੀ ਰਿਕਮੈਂਡ ਕਰਦਾ MBA ਇਨ ਮੈਰੀਟਾਈਮ ਐਂਡ ਸ਼ਿਪਿੰਗ ਮੈਨੇਜਮੈਂਟ ਇੱਕ ਸ਼ਿਪਿੰਗ ਇੰਡਸਟਰੀ ਬਹੁਤ ਹੀ ਫੈਲਿਆ ਹੋਇਆ ਕਾਰੋਬਾਰ ਹੈ ਬਹੁਤ ਹੀ ਵੱਡੀ ਇੰਡਸਟਰੀ ਹੈ ਜਿਹਦੇ 'ਚ ਤੁਸੀਂ ਕੈਰੀਅਰ ਐਸਟੈਬਲਿਸ਼ ਬਾਕੀ ਸਰ ਇੱਕ ਗੱਲ ਹੋਰ ਵੀ ਹੈ ਕਿ ਬਹੁਤ ਲੋਕ ਇਸ ਲਾਈਨ ਵੱਲ ਨੂੰ ਜਾਂਦੇ ਵੀ ਨਹੀਂ ਗੇ ਇੱਕੋ ਕੋਰਸ ਵੱਲ ਨੂੰ ਸਾਰੀ ਭੀੜ ਤੁਰੀ ਜਾਂਦੀ ਹੈ ਉਹ ਹੁਣ ਇਹ ਚੀਜ਼ ਹੁੰਦੀ ਹੈ ਵੀ ਜਦੋਂ ਕਹਿੰਦੇ ਨਾ ਇੱਕ ਬੰਦਾ ਬਹੁਤ ਤਰੱਕੀ ਕੋਈ ਕਰ ਗਿਆ ਤੇ ਉਹਦੇ ਪਿੱਛੇ ਸਾਰੇ ਜਾਣੇ ਲੱਗ ਜਾਂਦੇ ਉਹ ਇੱਕ ਭੀੜ ਜਾਲ ਹੋ ਜਾਂਦੀ ਹੈ ਭੀੜ ਤੋਂ ਹਟ ਕੇ ਹੋਜੂਗਾ ਹਾਂ ਬਿਲਕੁਲ ਭੀੜ ਤੋਂ ਹਟ ਕੇ ਹੋਏਗਾ ਇੱਕ ਚੈਲੇਂਜਿੰਗ ਕੋਰਸ ਹੈ ਇੱਕ ਅੱਛਾ ਫਰੂਟਫੁਲ ਕੋਰਸ ਹੈਗਾ ਇਹ ਤੇ ਇਹ MBA ਆਪਾਂ ਕਹਿ ਸਕਦੇ ਕਿ ਉਹਨਾਂ ਦੀ ਜ਼ਿੰਦਗੀ ਬਣ ਸਕਦੀ ਹੈ ਜਿਹੜੇ ਬੰਦੇ ਸਹੀ ਕੋਰਸ ਚੂਜ਼ ਕਰਦੇ ਕਿਉਂਕਿ ਕੋਰਸ ਚੂਜ਼ ਕਰਨਾ ਹੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਸਭ ਤੋਂ ਵੱਡੀ ਗੱਲ ਹੈ ਜਰਮਨ ਦੇ ਵਿੱਚ ਤੁਹਾਨੂੰ 18 ਮਹੀਨੇ ਦੀ ਸਟੱਡੀ 18 ਮਹੀਨੇ ਦਾ ਵਰਕ ਪਰਮਿਟ ਮਿਲ ਰਿਹਾ ਬਿਲਕੁਲ ਪਲੱਸ ਕੋਰਸ ਤੁਸੀਂ ਕਰ ਰਹੇ ਹੋ ਜਿਹੜਾ ਹਾਈਲੀ ਰਿਵਾਰਡੇਬਲ ਕੋਰਸ ਹੈਗਾ ਔਰ ਕੋਸਟ ਇਫੈਕਟਿਵ ਹੈਗਾ ਕੋਸਟ ਉਹਦੀ ਜ਼ਿਆਦਾ ਨਹੀਂ ਸਰ 10,000 ਯੂਰੋ ਫੀਸ
ਇਹ ਸਪੈਸ਼ਲ ਰਿਕਮੈਂਡੇਸ਼ਨ ਹੈ ਮੇਰੀ ਸਾਰੇ ਇੰਜੀਨੀਅਰਸ ਨੂੰ ਸਪੈਸ਼ਲੀ ਔਰ ਪਲੱਸ BCA ਜਾਂ ਜਿਹਨਾਂ ਨੇ MCA ਕੀਤੀ ਜਾਂ MCA ਕੀਤੀ ਟੈਕਨੀਕਲ ਬੈਕਗ੍ਰਾਉਂਡ ਟੈਕਨੀਕਲ ਬੈਕਗ੍ਰਾਉਂਡ ਦੇ ਬੰਦਿਆਂ ਨੂੰ ਸਾਰਿਆਂ ਨੂੰ ਸੋ ਸਰ ਤੁਸੀਂ ਫਿਰ ਆਪਾਂ ਕਹਿ ਸਕਦੇ ਕਿ ਸਾਰੀਆਂ ਗੱਲਾਂ ਦੱਸਦੀਆਂ ਸਰੋਤਿਆਂ ਨੂੰ ਮੈਨੂੰ ਉਮੀਦ ਹੈ ਕਿ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਣੀ ਆ ਅਤੇ ਦੋਸਤੋ ਤੁਹਾਨੂੰ ਇੱਕ ਵਾਰੀ ਕਹੂੰਗਾ ਕਿ ਜੇਕਰ ਤੁਸੀਂ ਹੋਰ ਵੀ ਵਿਸਤਾਰ ਵਿੱਚ ਜਾਣਕਾਰੀ ਲੈਣੀ ਜਾਂਦੇ ਕੋਈ ਵੀ ਡਾਊਟ ਤੁਹਾਡੇ ਮਾਈਂਡ ਦੇ ਵਿੱਚ ਤੁਸੀਂ ਇਹ ਕੋਰਸ ਲੈਣਾ ਜਾਂ ਨਾ ਲੈਣਾ ਤੁਹਾਡੀ ਮਰਜ਼ੀ ਹੈ ਤੁਸੀਂ ਇੱਕ ਵਾਰ ਤੁਸੀਂ SWICS ਪ੍ਰਾਈਵੇਟ ਲਿਮਿਟਡ ਮੋਹਾਲੀ ਵਿਖੇ ਆਓ ਇਹਨਾਂ ਤੋਂ ਪੂਰੀ ਜਾਣਕਾਰੀ ਲਓ ਤੁਹਾਡੇ ਲਈ ਕੀ ਬੈਸਟ ਰਹੂਗਾ ਮੈਨੂੰ ਉਮੀਦ ਹੈ ਕਿ ਤੁਹਾਨੂੰ ਜ਼ਰੂਰ ਹੀ ਵਧੀਆ ਲੱਗੂ ਗੱਲਬਾਤ ਕਰਕੇ ਇੱਥੇ ਇਹਨਾਂ ਦੇ ਕੰਟੈਕਟ ਨੰਬਰ ਦਿੱਤੇ ਤੁਸੀਂ ਉੱਥੇ ਵੀ ਗੱਲਬਾਤ ਕਰ ਸਕਦੇ ਹੋ ਸਰ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਜੀ ਸਾਡੇ ਸਰੋਤਿਆਂ ਨੂੰ ਇੰਨੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਸੋ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਾਂ ਜੇਕਰ ਤੁਸੀਂ ਆਪਣਾ ਚੈਨਲ ਅੱਜ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਬਣਦਾ ਅਤੇ ਨਾਲ ਦੀ ਨਾਲ ਇਸ ਵੀਡੀਓ ਬਾਰੇ ਆਪਣੇ ਕਮੈਂਟਾਂ ਵਿੱਚ ਰਾਏ ਤੁਸੀਂ ਜ਼ਰੂਰ ਦੇਣੀ ਆ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ